ਔਰ ਕਮੈਂਟ ਵੀ ਆਇਆ ਸੀ ਵੀ ਜਦ ਮੈਂ ਤੁਸੀਂ ਜੇ ਨੈਸਟ ਬੈਡਰੂਮ ਤੇ ਰਹਿੰਦੇ ਰੱਖ ਕੇ ਨਾ ਉੱਤੇ ਸੋਹਣੀ ਜੀ ਬੈਡ ਸ਼ੀਟ ਜੇ ਨਾ ਪਾਣੀ ਆ ਉਹਨੇ ਸੁਭਾ ਕੀ ਖੂਬਸੂਰਤ ਰੂਮ ਹੋ ਜੀ ਹੈ ਕਿਉਂਕਿ ਸਾਨੂੰ ਤਾਂ ਜੇ ਨਾ ਬਹੁਤ ਜ਼ਿਆਦਾ ਖੂਬਸੂਰਤ ਨਾਈਸ ਨਹੀਂ ਲੱਗ ਰਹੀ ਹੈ ਪੂਰਾ ਇੱਕ ਟੇਬਲ ਦੇ ਨਾਲ ਮਿਲਦੇ ਤੇ ਐ ਸਾਈਡ ਤੇ ਬੈਡ ਦੇ ਸਾਈਡ ਤੇ ਇੱਕ ਆ ਗਿਆ ਗੱਲਾਂ ਉਹ ਇੱਕ ਜੇ ਨਾ ਉਹ ਸਾਈਡ ਤੇ ਆ ਗਿਆ ਇਹ ਵਾਲਾ ਜਿਹੜਾ ਵੱਡਾ ਪਿਆ ਇਹ ਮੇਜ਼ ਵਾਸਤੇ ਟੇਬਲ ਪਿਆ ਤੇ ਜੇ ਹਾਂਜੀ ਤੇ ਕਮਰਾ ਮਾਸ਼ਾਅੱਲਾ ਸਾਡਾ ਮੁਕੰਮਲ ਤਿਆਰ ਹੋ ਗਿਆ ਔਰ ਬੱਚੇ ਕਿੰਨਾ ਜ਼ਿਆਦਾ ਖੁਸ਼ ਹੋ ਰਹੇ ਨੇ ਬਹੁਤ ਹੀ ਜ਼ਿਆਦਾ ਜਿਹੜੇ ਖੁਸ਼ ਹੋ ਰਹੇ ਨੇ ਔਰ ਹੁਣ ਸਾਰੇ ਬਹਿਣ ਵੀ ਦੱਸਣਾ ਕਮੈਂਟ ਕਰਕੇ ਕਮਰੇ 'ਚ ਇਹਨਾਂ ਸੈਟਿੰਗ ਕੈਸੀ ਹੋਈ ਆ ਔਰ ਮੈਂ ਵੀ ਐਦਲੀ ਸਾਈਡ ਨੂੰ ਜਿਹੜਾ ਕਰ ਰਿਹਾ ਮੈਂ ਕਿਹਾ ਪਹਿਲੇ ਪਹਿਲੇ ਜੇ ਹੋ ਜਾਵਾਂਗੇ ਨਿਬਰਾਰ ਵੀ ਉਦੋਂ ਕਰ ਲੈਂਦੇ ਨੇ ਫਿਰ ਚੱਲ ਕੇ ਜੇ ਛੇਤੀ ਨਾਲ ਇਹ ਦਰਵਾਜ਼ੇ ਕਰ ਲੈਂਦਾ ਤਾਂ ਮੈਂ ਉਪਰਲੇ ਕੋਟ ਜੇ ਇਹ ਲਾ ਦੇਵਾਂਗਾ ਔਰ ਬੇਗਮ ਜਿਹੜਾ ਨਾਉਣਾ ਸੋਫਿਆਂ ਦੇ ਜਿਹੜਾ ਕਵਰ ਜਿਹੜਾ ਹੈ ਉੱਪਰ ਜਿਹੜਾ ਲਾ ਰਹੇ ਹਨ ਤਾਂ ਕਿ ਜਿਹੜਾ ਨਾਉਣ ਓਲੀ ਸਾਈਡ ਨੂੰ ਸਾਰੀ ਸਾਫ਼ ਸਫਾਈ ਕਰਕੇ ਨਾ ਤੇ ਬੈੱਡ ਸ਼ੀਟ ਜਿਹੜੀ ਨੋ ਵੀ ਕੱਢ ਲਈਏ ਆਪਣਾ ਬੈੱਡ ਸ਼ੀਟ ਵੀ ਛਾ ਲਈਏ ਤੋਲਾ ਕਮਰਾ ਸਾਫ਼ ਸੁਥਰਾ ਕਰ ਦੇ ਠੀਕ ਹੋ ਅਸਲਾਮ ਅਲੈਕੁਮ ਦੁਆ ਕਰਨਾ ਮੇਰੇ ਤਮਾਮ ਬੈਣ ਵੀਰਾਂ ਜਿੱਥੇ ਰਵੇ ਖੁਸ਼ ਨ ਬਾਦ ਰਹੇ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੇ ਔਰ ਘਰ ਦਾ ਕੰਮ ਅੱਜ ਮੁਕੰਮਲ ਹੋ ਗਿਆ ਅਸੀਂ ਵੀ ਜਿਹੜਾ ਸਭ ਤੋਂ ਪਹਿਲੇ ਜਿਹੜਾ ਦੋਵਾਂ ਕਮਰਿਆਂ ਦੀ ਜਿਹੜੀ ਨਾ ਕਰਨ ਲੱਗੇ ਹਾਂ ਸੈਟਿੰਗ ਔਰ ਇਹ ਵਾਲਾ ਜਿਹੜਾ ਸਾਨੂੰ ਐਕਸਟਰਾ ਦਿਹਾੜੀ ਜਿਹੜੀ ਨਾ ਅੱਜ ਦੀ ਪਈ ਆ ਇਸ ਕਰਕੇ ਜਿਹੜਾ ਨਹੀਂ ਤਾਂ ਕੰਮ ਤਾਂ ਕੱਲ੍ਹ ਦਾ ਹੀ ਖਤਮ ਹੋ ਜਾਣਾ ਕਿਉਂਕਿ ਸੀਮੈਂਟ ਪਹਿਲੇ ਜਿਹੜਾ ਨਿਰਾ ਲਾਇਆ ਸੀ ਨਾ ਤਾਂ ਬੁਰਨ ਹੋ ਗਿਆ ਸੀ ਹੁਣ ਅਸੀਂ ਜਿਵੇਂ ਗਿੱਲੂ ਰਲਾ ਕੇ ਤਾਂ ਦੁਬਾਰਾ ਜਿਹੜਾ ਲਾਇਆ ਨੇ ਕੋਟ ਹੁਣ ਜਿਹੜਾ ਬਿਲਕੁਲ ਇੰਝ ਪੱਕਾ ਬਿਲਕੁਲ ਨਹੀਂ ਬੁਰ ਰਿਹਾ ਇੱਥੇ ਹੁਣ ਬਿਲਕੁਲ ਜਿਹੜਾ ਪੱਕਾ ਹੋ ਗਿਆ ਪਹਿਲੇ ਤਾਂ ਜਿਹੜਾ ਸਾਰਾ ਬੁਰ ਰਿਹਾ ਲੇਕਿਨ ਹੁਣ ਠੀਕ ਹੋ ਗਿਆ ਔਰ ਮੁਕੰਮਲ ਹੋ ਗਿਆ ਉਪਲੀ ਸਾਈਡ ਤੋਂ ਥੋੜ੍ਹਾ ਜਿਹਾ ਸਨ ਜਿਹੜਾ ਰਹਿ ਗਿਆ ਔਰ ਇਸ ਕਮਰੇ ਦੀ ਅਸੀਂ ਜਿਹੜਾ ਕਰਨ ਲੱਗੇ ਹੁਣ ਸੈਟਿੰਗ ਸਭ ਤੋਂ ਪਹਿਲੇ ਇਹਦੀ ਇਹ ਬੈੱਡ ਜਿਹੜਾ ਇੱਥੇ ਜਿਹੜਾ ਰੱਖ ਲੈਣਾ ਇੰਜ ਕਰਕੇ ਔਰ ਸੋਫੇ ਜਿਹੜਾ ਇੱਕ ਵੱਡਾ ਸੋਫਾ ਜਿਹੜਾ ਇੱਥੇ ਸਾਹਮਣੇ ਵਾਲੀ ਦੀਵਾਰ ਦੇ ਨਾਲ ਜਿਹੜਾ ਲਾ ਲੈਣਾ ਇਸੇ ਤਰ੍ਹਾਂ ਕਰਕੇ ਸਾਰੇ ਕਮਰੇ ਨੂੰ ਜਿਹੜਾ ਹੁਣ ਅਸੀਂ ਜਿਹੜਾ ਸਜਾਉਣ ਲੱਗੇ ਹਾਂ ਔਰ ਸਵੇਰ ਜਿਹੜਾ ਅਸੀਂ ਵੀ ਚੱਲਿਆ ਜਾਣਾ ਸ਼ਾਦੀ 'ਤੇ ਕਿਉਂਕਿ ਸਵੇਰ ਬਾਜੀ ਨਹੀਂ ਤੇ ਦੇਵਰ ਦੀ ਸ਼ਾਦੀ ਹੈਗੀ ਨਾ ਤੇ ਅਸੀਂ ਵੀ ਉੱਧਰ ਜਾਣਾ ਔਰ ਅੱਜ ਘਰ ਦਾ ਕੰਮ ਵਗੈਰਾ ਜਿਹੜਾ ਸਾਰਾ ਮੁਕੰਮਲ ਹੋ ਜਾਣਾ ਐਦਲੀ ਸਾਈਡ ਤੋਂ ਇਬਰਾਰ ਵੀ ਕਰ ਲੈਂਦਾ ਨਾ ਉਸ ਤੋਂ ਬਾਅਦ ਅਸੀਂ ਜਿਹੜਾ ਕਿਚਨ ਨੂੰ ਆ ਜਿਹੜਾ ਦੂਸਰਾ ਕੋਟ ਜਿਹੜਾ ਲਾਣਾ ਔਰ ਬੇਗਮ ਵੀ ਜਿਹੜਾ ਤਕਰੀਬਨ ਜਿਹੜਾ ਹਫ਼ਤੇ ਡੇਢ ਦੀ ਜਿਹੜਾ ਥਿਰੀ ਜਮ੍ਹਾਂ ਹੋਈ ਹੋਈ ਸੀ ਨਾ ਮਤਲਬ ਕਿ ਰੋਜ਼ ਦੁੱਧ ਲੈਂਦੇ ਹਾਂ ਨਾ ਤੇ ਉਹਨੂੰ ਜਿਸ ਟਾਈਮ ਉਬਲਿੰਦਾ ਹੈ ਕਾਰਡ ਲਵਿੰਦਾ ਤੇ ਥਿਰੀ ਉੱਪਰ ਜਿਹੜਾ ਮਲਾਈ ਜੰਮ ਜਾਂਦੀ ਤਾਂ ਉਹ ਜਮ੍ਹਾਂ ਕੀਤੀ ਰੱਖੀਂਦੀ ਤੇ ਹਫ਼ਤੇ ਡੇਢ ਹਫ਼ਤੇ ਬਾਅਦ ਜਿਹੜਾ ਉਹਨੂੰ ਇਸ ਤਰ੍ਹਾਂ ਜਿਹੜਾ ਰਿੜਕ ਕੇ ਤੇ ਗੀ ਜਿਹੜਾ ਮੱਖਣ ਇਹ ਕਾਰਡ ਲਵਿੰਦਾ ਮੱਖਣ ਨਿਕਲ ਆਉਂਦਾ ਨਾ ਤੇ ਅਸੀਂ ਵੀ ਜਿਹੜਾ ਅੱਜ ਹੀ ਸੁਬਾ ਹੀ ਬਲਕਿ ਜਿਹੜਾ ਉਧਰੋਂ ਵਾਪਸੀ ਆ ਕੇ ਨਾ ਸ਼ਾਦੀ ਤੋਂ ਤੇ ਨਹੀਂ ਤਾਂ ਅੱਜ ਹੀ ਸਾਗ ਲੈ ਆਵਾਂਗੇ ਨਾ ਨਾਲ ਸਾਗ ਜਿਹੜਾ ਬਣਾਵਾਂਗੇ ਤੇ ਨਾਲ ਜਿਹੜਾ ਸੁਬਹ ਸੁਬਹ ਫਿਰ ਜਿਹੜਾ ਮੱਖਣ ਨੂੰ ਤੜਕਾ ਲਾਇਆ ਕਰਾਂਗੇ ਸਾਗ ਨਾਲ ਕਿਉਂਕਿ ਪਹਿਲੇ ਅਸੀਂ ਜਿਹੜਾ ਸਾਗ ਬਣਾਇਆ ਸੀ ਉਦੋਂ ਜਿਹੜਾ ਮੱਖਣ ਸਾਡੇ ਕੋਲ ਜਿਹੜਾ ਕੋਈ ਨਹੀਂ ਸੀ ਦੂਸਰੇ ਗੀਨ ਵਾਲੀ ਜਿਹੜਾ ਤੜਕਾ ਜਿਹੜਾ ਲਵਿੰਦਾ ਤੇ ਲੇਕਿਨ ਹੁਣ ਜਿਹੜਾ ਤਕਰੀਬਨ ਜਿਹੜਾ ਪਾਈ ਆਦ ਪਾ ਜਿਹੜਾ ਨਿਕਲ ਆਉਣਾ ਮੱਖਣ ਗੀ ਤੇ ਸਾਗ ਜਿਹੜਾ ਤੋੜ ਆਉਣਾ ਬਾਈ ਬਰਾਰ ਉਹਨਾਂ ਲੋ ਹੁਣ ਹੈ ਆਪਣੇ ਪਕਾਉਣ ਵਾਲਾ ਹਾਂ ਕਿਉਂ ਕਹਿ ਰਿਹਾ ਕਾਫੀ ਵੱਡਾ ਵੱਡਾ ਜਿਹੜਾ ਹੋਇਆ ਕੁੱਤਾ ਨਾਉਣ ਤੋਂ ਪਹਿਲੇ ਜਿਹੜਾ ਤਕਰੀਬਨ ਮਹੀਨੇ ਇੱਕ ਮਹੀਨਾ ਤਾਂ ਹੋ ਗਿਆ ਗੱਡੇ ਨੂੰ ਹੈ ਨਾ ਹਾਂ
ਤੇ ਉਧਰੋਂ ਜਿਹੜਾ ਤੋੜ ਕੇ ਲੈ ਆਵਾਂਗੇ। ਪਿਛਲੇ ਸਾਲ ਹੀ ਜਿਹੜਾ ਇਧਰੋਂ ਬਾਈ ਬਰਾਰ ਵਾਲੇ ਜਿਹੜਾ ਤੋੜ ਕੇ ਲੈਣ ਦਾ, ਤੇ ਇਸ ਦਫਾ ਜਿਹੜਾ ਇਧਰੋਂ ਜਿਹੜਾ ਤੋੜ ਕੇ ਲੈ ਆਵਾਂਗੇ ਉਹ ਸਵੇਰੇ ਬਣਾ ਲਵਾਂਗੇ। ਸਵੇਰੇ ਤਾਂ ਬਲਕਿ ਅਸੀਂ ਸ਼ਾਦੀ 'ਤੇ ਚਲੇ ਜਾਣਾ ਜਾਂ ਫਿਰ ਫਸਟ ਟਾਈਮ ਬਣਾ ਲਵਾਂਗੇ, ਨਹੀਂ ਤਾਂ ਉਧਰੋਂ ਵਾਪਸੀ 'ਤੇ ਆਣ ਕੇ ਜਿਹੜਾ ਬਣਾਵਾਂਗੇ ਔਰ ਕੰਮ ਅੱਜ ਮੁਕੰਮਲ ਹੋ ਜਾਣਾ। ਹਾਂ ਇੱਕ ਆ ਟੋਟਾ ਰਹਿ ਗਿਆ ਸਿਰਫ ਉਪਲੀ ਸਾਈਡ ਤੋਂ, ਸਾਰਾ ਜਿਹੜਾ ਹੋ ਗਿਆ। ਚਲੋ ਲਾ ਲਾ, ਤੇ ਇਧਰੋਂ ਤੇਰਾ ਕਲਰ ਦਾ ਕੰਮ ਮੁੱਕਦਾ ਨਾ, ਮੈਂ ਵੀ ਤੇਰੀ ਇੰਤਜ਼ਾਰ ਕਰ ਰਿਹਾ। ਫਿਰ ਮੈਨੂੰ ਬੈਡ ਜਿਹੜਾ ਚਕਵਾ ਕੇ ਥੋੜ੍ਹਾ ਜਿਹਾ ਭਰਾ ਰਖਵਾ ਲਈ, ਉਨੀ ਦੇਰ ਤੱਕ ਅਸੀਂ ਜਿਹੜਾ ਗਿੱਲੇ ਕੱਪੜੇ ਨਾਲ ਜਿਹੜਾ ਉਹ ਸ਼ੀਟ ਵਗੈਰਾ ਸਾਰੀ ਜਿਹੜੀ ਸਾਫ਼ ਕਰ ਲੈਣਾ। ਝਾੜੂ ਤਾਂ ਲਾਇਆ ਲੇਕਿਨ ਨਾਲ ਗੱਟਾ ਮਿੱਟੀ ਜਿਹੜਾ ਕਾਫੀ ਸਾਰਾ ਜਿਹੜਾ ਚਿੰਬੜਿਆ ਹੋਇਆ ਨਾ, ਤੋ ਸਾਰਾ ਜਿਹੜਾ ਗਿੱਲਾ ਕੱਪੜਾ ਲਾਵਾਂਗੇ ਨਾ ਸ਼ੀਟ ਦੇ ਉੱਪਰ। ਐ ਤੇ ਸ਼ੀਟ ਵੀ ਸਾਰੀ ਜਿਹੜਾ ਟੋਟਲ ਜਿਹੜਾ ਖਰਾਬ ਹੋਈ ਹੋਈ ਆ, ਇੱਥੋਂ ਰੱਖ ਕੇ ਅੱਗੇ ਜਿਹੜਾ ਕਿਧਰੋਂ ਕਿਧਰੋਂ ਜਿਹੜਾ ਸਾਰੀ ਜਿਹੜਾ ਖਰਾਬ ਹੋਈ ਹੋਈ ਆ। ਉਹਦੇ ਲੁੱਕਰ ਲੋ ਜਿਹੜਾ ਕੁਛ ਖਰਾਬ ਹੋਈ ਹੋਈ, ਲੇਕਿਨ ਝਾੜੂ ਲਾਇਆ ਤੇ ਪੱਕੀ ਮਿੱਟੀ ਨਾਲ ਜਿਹੜਾ ਚੰਬੜੀ ਹੋਈ ਆ ਨਾ, ਤੇ ਇਹ ਕਲਰ ਵਗੈਰਾ ਜਿਹੜਾ ਸੀਮੈਂਟ ਹੀ ਜਿਹੜਾ ਲਾਇਆ ਜਾਵੇਗਾ। ਦੂਸਰਾ ਪੱਕਾ ਕਲਰ ਤਾਂ ਹੁੰਦਾ ਤਾਂ ਉਹਨੇ ਤਾਂ ਕੋਈ ਨਹੀਂ ਲੈਣਾ ਸੀ, ਲੇਕਿਨ ਇਹ ਵਾਲੀ ਜਿਹੜਾ ਸੀਮੈਂਟ ਹੀ ਲੈ ਜਾਂਦੀ ਆ, ਇਸ ਤਰ੍ਹਾਂ ਕਿਤੇ ਜਿਹਨੇ ਲੈ ਜਾਂਦੀ ਆ। ਤੇ ਇਹਨੂੰ ਅੱਛੀ ਤਰੀਕੇ ਜਿਹੜਾ ਸਾਫ਼ ਕਰਕੇ ਤੇ ਬੈੱਡ ਸ਼ੀਟ ਜਿਹੜਾ ਨਵੀਂ ਜਿਹੜਾ ਅਸੀਂ ਪਾ ਦੇਣੀ। ਮੈਂ ਸਵੇਰੇ ਉਧਰੋਂ ਸ਼ਾਦੀ ਧੋ ਕੇ ਆਉਣਾ ਨਾ, ਤੇ ਪਰਸੋਂ ਨਾਲ ਜਿਹੜਾ ਮਹਿਮਾਨ ਆਉਣੇ ਜਿਹੜੇ ਸ਼ੁਰੂ ਹੋ ਜਾਵਣਗੇ, ਕਿਉਂਕਿ ਮਹਿੰਦੀ ਤੋਂ ਇੱਕ ਦਿਨ ਪਹਿਲੇ ਜਿਹੜੇ ਸਫ਼ਰ ਤੋਂ ਆਉਣਾ, ਮਹਿੰਦੀ ਤੋਂ ਇੱਕ ਦਿਨ ਪਹਿਲੇ ਆ ਜਾਵਣਗੇ ਨਾ, ਕਿਉਂਕਿ ਇੱਥੇ ਹੀ ਪਿੰਡ 'ਚ ਇੱਥੇ ਜਿਹੜਾ ਸਾਡੇ ਵਾਲੇ ਮਹਿਮਾਨ ਕਾਫੀ ਸਾਰੇ ਜਿਹੜੇ ਆਉਣੇ ਨੇ। ਸ਼ਾਦੀ ਤੋਂ ਅੱਧੇ ਆਉਣਾ ਜਿਹੜਾ ਪਿੰਡ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਇਆ ਸੀ ਸ਼ਾਦੀ ਵਾਲਾ ਗਾਰ ਜਿੱਥੇ ਜਿਹੜਾ ਸੂਟ ਸਿਲਾਈ ਕਰਾਉਣ ਜਮਿੰਦਰ ਨਾ, ਉਸ ਗਾਰ ਦੀ ਸ਼ਾਦੀ ਆ, ਲੇਕਿਨ ਮਹਿਮਾਨ ਇੱਥੇ ਜਿਹੜਾ ਸਾਡੇ ਵਾਲੀ ਜਿਹੜਾ ਠਹਿਰਨੇ ਨੇ। ਇਸ ਵਜ੍ਹਾ ਤੋਂ ਜਿਹੜਾ ਦੋਵਾਂ ਕਮਰਿਆਂ ਦੀ ਜਿਹੜਾ ਸੈਟਮ ਵਗੈਰਾ ਜਿਹੜਾ ਮੁਕੰਮਲ ਹੋ ਕੀਤੀ ਆ, ਤੇ ਸਵੇਰ ਨੂੰ ਮਹਿਮਾਨ ਆਵਣਗੇ ਨੇ ਤਾਂ ਸਵੇਰ ਤਾਂ ਸ਼ਾਇਦ ਇੱਕ ਦੋ ਫੈਮਿਲੀ ਆਵਣਗੇ, ਪਰਸੋਂ ਜਿਹੜਾ ਫਿਰ ਸਾਰੇ ਆ ਜਾਵਣਗੇ 27 ਤਰੀਕ ਨੂੰ ਜਿਹੜਾ, ਬਲਕਿ ਅੱਜ 24 ਆ, ਸਵੇਰ 25, ਪਰਸੋਂ 26, ਪਰਸੋਂ ਪਰਲੇ ਦਿਨ ਜਿਹੜਾ ਆਵਣਗੇ ਮਹਿਮਾਨ 27 ਤਰੀਕ ਨੂੰ। ਮੈਂ ਸਮਝ ਗਿਆ ਸੀ 26 ਨੂੰ, ਲੇਕਿਨ ਜਿਹੜਾ ਪਰਸੋਂ ਜਿਹੜਾ ਮਹਿਮਾਨ ਆਉਣੇ ਜਿਹੜੇ ਸ਼ੁਰੂ ਹੋ ਜਾਣਗੇ 26 ਦੀ ਸ਼ਾਮ ਨੂੰ ਆਵਣਗੇ, ਕੁਛ ਤੇ ਕੁਛ 27 ਦੀ ਰਾਤ ਨੂੰ ਆ ਜਾਵਣਗੇ। ਦੋ ਦਿਨ ਹੀ ਇਹਨਾਂ ਨੇ ਇੱਥੇ ਠਹਿਰਨਾ, 28 ਤਰੀਕ ਨੂੰ ਤਾਂ ਫਿਰ ਜਿਹੜਾ ਉਹਨਾਂ ਨੇ ਵਾਪਸ ਜਿਹੜਾ ਚਲਿਆ ਜਾਣਾ, ਤੇ 26 ਤੇ 27 ਤਰੀਕ ਨੂੰ ਜਿਹੜਾ ਇੱਥੇ ਠਹਿਰਨਗੇ। ਕਿਉਂਕਿ ਅਸੀਂ ਜਿਹੜਾ ਤਿਆਰੀ ਵਗੈਰਾ ਜਿਹੜੀ ਇੰਨੀ ਛੇਤੀ ਜਿਹੜਾ ਕੋਈ ਨਹੀਂ ਕਰਨੀ ਹੈ, ਕਿਉਂਕਿ ਉਹਨਾਂ ਨੇ ਕਾਲ ਕੀਤੀ ਹੈ ਨਾ ਵੀ ਅਸੀਂ ਜਿਹੜਾ 2 ਦਿਨ ਜਿਹੜਾ ਇੱਥੇ ਤੁਹਾਡੇ ਲਈ ਠਹਿਰਾਂਗੇ। ਉਦੋਂ ਸ਼ਾਦੀ ਵਾਲੇ ਗਲੇ ਜਿਹੜਾ ਕਾਫੀ ਸਾਰਾ ਰਸ਼ ਹੋਣਾ ਨਾ, ਤੇ ਸ਼ਾਦੀ 'ਚ ਅਸੀਂ ਜਿਹੜਾ ਆਉਣਾ ਤੇ ਫਿਰ ਠਹਿਰਾਂਗੇ ਇੱਥੇ ਜਿਹੜਾ ਤੁਹਾਡੇ ਵਾਲੇ। ਫਿਰ ਇਸ ਕਰਕੇ ਜਿਹੜਾ ਮੈਂ ਸਾਰੀ ਸੈਟਿੰਗ ਵਗੈਰਾ ਜਿਹੜਾ ਕਰਤੀ ਆ। ਔਰ ਬੇਗਮ ਹੀ ਹੁਣ ਸਭ ਤੋਂ ਪਹਿਲੇ ਜਿਹੜਾ ਬਣਾਉਣ ਲੱਗੀ ਆ ਚਾਵਲ, ਮਟਰ ਜਿਹੜਾ ਉਹ ਕੱਢ ਰਹੀ ਆ, ਤੇ ਬਾਈ ਵੀ ਜਿਹੜਾ ਉਧਰੋਂ ਕੰਮ ਖਤਮ ਕਰਕੇ ਜਿਹੜਾ ਨਾਲ ਉਪਲੀ ਸਾਈਡ ਤੋਂ ਇੱਕ ਕੋਟ ਜਿਹੜਾ ਲੱਗ ਜਾਵੇਗਾ ਨਾ, ਕਿਉਂਕਿ ਸ਼ੈਨਿੰਗ ਵਾਲਾ ਜਿਵੇਂ ਪਹਿਲੇ ਇੱਕ ਕੋਟ ਲਾਇਆ ਸੀ, ਲੇਕਿਨ ਇੰਨਾ ਜ਼ਿਆਦਾ ਜਿੰਨਾ ਸਫਾਈ ਕੋਈ ਨਹੀਂ ਆਈ, ਤੇ ਇਸ ਕਰਕੇ ਇੱਕ ਕੋਟ ਹੋਰ ਲੱਗ ਜਾਵੇਗਾ, ਨਾਲ ਦੂਸਰਾ ਇਹ ਬੁਰੇਗਾ ਵੀ ਨਹੀਂ ਹੈ। ਤੇ ਉਸ ਤੋਂ ਬਾਅਦ ਜਿਹੜਾ ਇੱਕ ਇੱਕ ਕੋਟ ਇਹਦਾ ਉੱਪਰੋਂ ਲਾਉਣਾ ਔਰ ਇੱਕ ਹੈ ਔਰੇਂਜ ਲਾਵਾਂਗੇ, ਮੁਕੰਮਲ ਹੋ ਜਾਵੇਗਾ। ਅੱਛਾ ਅਲਮਾਰੀ ਦੇ ਨਾਲ ਮੈਚਿੰਗ ਕਰੀਏ, ਇਹ ਜਿਵੇਂ ਪਿੱਲਾ ਰਹਿਣਾ ਉਵੇਂ ਹੀ ਇਹਦਾ ਜਾਂ ਅਲਮਾਰੀ ਦਾ ਬਾਰਡਰ ਬਣ ਜਾਵੇਗਾ ਨਾ, ਤਾਂ ਇਹ ਕਿਚਨ ਦੇ ਨਾਲ ਜਿਹੜਾ ਮੈਚਿੰਗ ਹੋ ਜਾਵੇਗੀ। ਜਿਵੇਂ ਇਹ ਡਿਜ਼ਾਇਨ ਹੈ ਨਾ, ਐਵੇਂ ਉੱਧਰ ਡਿਜ਼ਾਇਨ ਚਲਾ ਜਾਵੇ ਤਾਂ ਕਿਚਨ ਜ਼ਿਆਦਾ ਖੂਬਸੂਰਤ ਲੱਗੇਗਾ, ਐਵੇਂ ਨਾ, ਕਿਉਂਕਿ ਇਹ ਕਾਫੀ ਜਿਹੜਾ ਖੂਬਸੂਰਤ ਲੱਗ ਰਿਹਾ। ਔਰ ਬਾਈ ਬਰਾਦ ਜਿਹੜਾ ਥੱਲੇ ਉਹਨਾਂ ਨੇ ਲਾ ਲੈਂਦਾ ਨਾ ਕੋਡ ਇੱਕ, ਤੇ ਮੈਂ ਉਸ ਤੋਂ ਬਾਅਦ ਜਿਹੜਾ ਦੋਵਾਂ ਕਲਰਾਂ ਨੂੰ ਜਿਹੜਾ ਦੁਬਾਰਾ ਫਿਰ ਲਾ ਦੇਵੇ ਐਵੇਂ ਹੀ ਆ, ਕਿਉਂਕਿ ਪਹਿਲੇ ਹੀ ਜਿਹੜਾ ਮੈਂ ਹੀ ਲਾਇਆ ਨਾ, ਤੇ ਹੁਣ ਦੁਬਾਰਾ ਜਿਹੜਾ ਫਿਰ ਲਾ ਲਵਾਂਗੇ। ਬਰਾਰ ਬਈ ਉਹਨੀ ਦੇਰ ਤੱਕ ਦਰਵਾਜ਼ਿਆਂ ਨੂੰ ਜਿਹੜਾ ਕਲਰ ਕਰ ਲਵਾਂ, ਛੋਟੇ ਬੁਰਾ ਜਿਹੜੇ ਦੋ ਭੈਣ ਮੈਂ ਇੱਕ ਅੰਦਰ ਜਿਹੜਾ ਇਸਤੇਮਾਲ ਕਰ ਲਵਾਂਗੇ, ਇੱਕ ਨਾਲੇ ਦਰਵਾਜ਼ੇ ਜਿਹੜੇ ਦੋਵੇਂ ਕਰ ਲਵੇਗਾ। ਔਰ ਆ ਬੇਗਮ ਜਿਹੜਾ ਬਣਾ ਲੈਂਦੀ ਹੈ ਨਾ, ਤੇ ਉਸ ਤੋਂ ਬਾਅਦ ਅਸੀਂ ਜਿਹੜਾ ਕਮਰੇ ਦੀ ਸੈਟਿੰਗ ਜਿਹੜਾ ਇਹ ਸ਼ੁਰੂ ਕਰਨੇ ਆ। ਅਗਰ ਕਮਰੇ ਦੀ ਸੈਟਿੰਗ ਸ਼ੁਰੂ ਹੋ ਗਿਆ ਸੀ ਤਾਂ ਰੋਟੀ ਜਿਹੜੀ ਲੇਟ ਹੋ ਜਾਣੀ, ਇਸ ਕਰਕੇ ਪਹਿਲੇ ਮੈਂ ਆਖਿਆ ਜਲਦੀ ਨਾਲ ਜਿਹੜਾ ਫਿਰ ਅਸੀਂ ਚਾਵਲ ਜਿਹੜੇ ਵੀ ਬਣਾਉਣ ਲੱਗਿਆ। ਚਾਵਲ ਮੈਂ ਆਖਿਆ ਜਿਹੜੇ ਥੋੜ੍ਹੇ ਛੇਤੀ ਬਣ ਜਾਵਣਗੇ। ਹਾਂ
ਕਿਉਂਕਿ ਅੱਧਾ ਘੰਟਾ ਲੱਗੇਗਾ, ਚਾਵਲ ਤਿਆਰ ਹੋ ਜਾਏਗਾ, ਫਿਰ ਅੰਦਰੋਂ ਕਿਚਨ ਦੇ ਸਾਰੇ ਬਰਤਨ ਵਗੈਰਾ ਜਿਹੜਾ ਚੱਕ ਕੇ ਨਾ ਖਾਲੀ ਕਰਕੇ ਇਧਰੋਂ ਜਿਹੜਾ ਦੁਬਾਰਾ ਕੋਟ ਜਿਹੜਾ ਲਾਣਾ। ਚਾਵਲ ਵੀ ਜਿਹੜੇ ਹੁਣ ਪੱਕ ਰਹੇ ਨੇ, ਪਿਆਜ਼ਾਂ ਨੂੰ ਜਿਹੜਾ ਬੁਨੀ ਲੱਗ ਗਈ ਆ, ਤੇ ਚਾਵਲ ਜਿਹੜੇ ਪਕਾ ਕੇ ਦਮ ਦੇ ਲੈਂਦੇ ਨਾ, ਤਾਂ ਫਿਰ ਉਤਲਾ ਕੰਮ ਜਿਹੜਾ ਸ਼ੁਰੂ ਕਰ ਲੈਂਦੇ ਆ। ਆਪਣੇ ਕਮਰੇ ਤੇ ਕਮ ਅਜ਼ ਕਮ ਜਿਹੜਾ 2 ਘੰਟੇ ਤੇ ਮਿਹਨਤ ਹੋਣੀ ਆ, ਫਿਰ ਜਾ ਕੇ ਤਿਆਰ ਹੋਣਾ। ਠੀਕ ਹੋ ਗਿਆ। ਹੋਰ ਇਧਰੋਂ ਜਿਹੜਾ ਉਪਰਲੀ ਸਾਈਡ ਤੇ ਜਿਹੜਾ ਕਲਰ ਹੋ ਰਿਹਾ, ਉਹ ਬਾਹਰਲੀ ਸਾਈਡ ਤੋਂ ਹੋ ਜਾਂਦਾ ਨਾ ਮੁਕੰਮਲ, ਉਹਨੇ ਦੇਰ ਤੱਕ ਦਮ ਦੇ ਪਜਾਵੇਗਾ, ਫਿਰ ਇਧਰਲੀ ਸਾਈਡ ਆਏ ਸਾਰੇ ਜਿਹੜਾ ਹੋ ਜਾਵੇਗੀ। ਹਾਂਜੀ, ਤੇ ਚਾਵਲ ਵੀ ਪੱਕ ਕੇ ਤਿਆਰ ਹੋਏ ਖੜੇ, ਦਮ ਜਿਹੜਾ ਦੇ ਦਿੱਤਾ, ਔਰ ਬਾਹਰਲੀ ਸਾਈਡ ਤੋਂ ਕਲਰ ਵੀ ਸਾਰਾ ਮੁਕੰਮਲ ਹੋ ਗਿਆ ਕਿਚਨ ਨੂੰ, ਇਧਰੋਂ ਵੀ ਔਰ ਇਸ ਸਾਈਡ ਨੂੰ ਜਿਹੜਾ ਕਲਰ ਹੋ ਗਿਆ, ਫਰੰਟ ਤੋਂ ਵੀ ਹੋ ਗਿਆ ਕਲਰ, ਤੇ ਸਿਰਫ ਅੰਦਰਲੀ ਸਾਈਡ ਤੋਂ ਰਹਿੰਦਾ। ਚਾਵਲ ਪੱਕ ਜਾਂਦੇ ਨੇ ਚਾਵਲ ਖਾ ਕੇ, ਤੇ ਉਨੀ ਦੇਰ ਤੱਕ ਜਿਹੜਾ ਬੇਗਮ ਹੀ ਅੰਦਰਲੀ ਸਾਈਡ ਤੋਂ ਜਿਹੜਾ ਅੰਦਰਲੀ ਸਾਫ਼ ਸਫਾਈ ਜਿਹੜਾ ਕਰ ਰਹੀ ਆ। ਪਹਿਲੇ ਜਿਹੜੇ ਜੜ ਦੁਬਾਰਾ ਫਿਰ ਅਸੀਂ ਲਾ ਲੈਂਦੇ ਹਾਂ, ਫਿਰ ਜਿਹੜਾ ਉੱਪਰ ਗਿੱਲਾ ਕੱਪੜਾ ਲਾ ਕੇ ਨਾ, ਤੇ ਬੈੱਡ ਜਿਹੜਾ ਉੱਥੇ ਰੱਖਣੇ ਆ। ਆਪਾਂ ਗਰਮੀਆਂ ਤੋਂ ਪਹਿਲਾਂ ਨਾ ਦੋਵਾਂ ਕਮਰਿਆਂ 'ਚ ਸ਼ੀਟ ਪਾ ਲੈਣੀ ਆ, ਇਹ ਵੀ ਸ਼ੀਟ ਬਦਲ ਦੇਵਾਂਗੇ, ਤੇ ਦੂਸਰੀ ਸਮਝ ਲਓ ਕਿ ਜਿਹੜਾ 2 ਸਾਲ ਹੋ ਗਏ ਨਾ ਸ਼ੀਟ ਨੂੰ ਖਰਾਬ ਨਹੀਂ ਹੋਈ, ਬਸ ਹੁਣ ਆਣ ਕੇ ਜਿਹੜਾ ਇੱਧਰੋਂ ਖਰਾਬ ਹੋਈ ਆ। ਇਹ ਸਭ ਤਾਂ ਠੀਕ ਪਿਆ, ਉਹ ਨੁਕਰਾਂ ਜਿਹੀਆਂ ਸਾਰੀਆਂ ਖਰਾਬ ਹੋ ਗਈਆਂ। ਸਾਫ ਸਫਾਈ ਕਰ ਲੈਂਦੇ ਫਿਰ ਭਰਾ ਕੇ ਬਹਿੰਦੀ, ਇੱਥੇ ਸਿਰਫ ਜਿਹਾ ਰੱਖਣਾ ਮੇਰੇ ਕੱਲੇ ਦੀ ਜ਼ਮੀਨਾਂ ਕੋਲ, ਨਹੀਂ ਤਾਂ ਕੱਲਾ ਵੈਸੇ ਰੱਖ ਲਵਾਂ ਸੋ ਅਗਲੇ ਕਮਰੇ 'ਚ ਹੁੰਦਾ ਤੇ ਉੱਥੇ ਸ਼ੀਟ ਖਰਾਬ ਹੁੰਦੀ ਆ, ਕਿਉਂਕਿ ਖਿੱਚਿਆ। ਆਪਾਂ ਇੱਧਰ ਜੇ ਰੱਖ ਲੈਂਦੇ ਹਾਂ ਤੇ 19 ਦਿਨ ਤੱਕ ਦਮ ਤਿਆਰ ਹੁੰਦਾ, ਚਾਵਲ ਖਾ ਕੇ ਫਿਰ ਕੰਮ ਸ਼ੁਰੂ ਕਰਨੇ ਆ। ਦੂਸਰਾ ਬਲਬ ਪਤਾ ਨਹੀਂ ਹੈ, ਉਹ ਖਰਾਬ ਹੈਗਾ ਬਲਬ, ਸਹੀ ਨਹੀਂ ਬਲਦਾ, ਐਂ ਚਮਕੀਆਂ ਨਹੀਂ ਮਾਰਦਾ। ਉਹ ਰਾਜ ਇਸ ਕਮਰੇ ਦੀ ਜਿਹੜਾ ਉਹ ਸ਼ਾਂਤੀ ਕਰਤਾ, ਕਹਿੰਦੀ ਇੱਕ ਇਸ ਸਾਈਡ ਵਿੱਚ ਕੋਲ ਲਾਣਾ, ਕਿਉਂਕਿ ਉਹ ਪਰਲੀ ਸਾਈਡ ਤੋਂ ਲੱਗ ਜਾਵੇ, ਕਿਉਂਕਿ ਇੱਧਰ ਜਿਹੜਾ ਅਸੀਂ ਬੈੱਡ ਰੱਖ ਲੈਣਾ ਔਰ ਸੋਫਾ ਇੱਧਰ ਇੱਧਰ ਜਿਹੜਾ ਨਹੀਂ ਰੱਖਾਂਗੇ, ਇੱਧਰੋਂ ਕੋਲ ਲਵਾ ਕੇ ਫਿਰ ਸੋਫਾ ਜਿਹੜਾ ਇਸ ਸਾਈਡ 'ਤੇ ਰੱਖ, ਹੁਣ ਤਾਂ ਨਹੀਂ ਬੋਲ ਰਿਹਾ, ਮਸ਼ਵਰਾ ਦਿੱਤਾ ਯਾਰ, ਬੜਾ ਪੱਕਾ ਹੋ ਗਿਆ। ਮੈਂ ਤਾਂ ਇਸ ਤਰ੍ਹਾਂ ਹੀ ਸਿੱਖਣਾ ਯਾਰ। ਗੱਲਾਂ ਸਾਈਡ ਗੱਲਾਂ ਠੀਕ ਹੈ ਨਾ, ਆ ਫੋਨ ਥੋੜਾ ਜਿਹਾ
ਪਰ ਉਹ 4 ਇੰਚ ਬੱਚੇ ਦੱਸੋ 4 ਇੰਚ ਹੈ ਨਾ ਬੱਚਾ ਉਹ ਇੰਚ ਥੋੜਾ ਦੋ ਸੈਟਲ ਕਰ ਪਰ ਆ ਗਿਆ ਬੱਚਾ ਹਾਂਜੀ ਤੇ ਚਾਵਲ ਖਾ ਲੈ ਨੇ ਔਰ ਇਬਰਾਰ ਬਾਈ ਵੀ ਅਦਲੀ ਅੰਦਰਲੀ ਸਾਈਡ ਨੂੰ ਜਿਹੜਾ ਨਾ ਹੁਣ ਪੇਂਟ ਕਰਨਾ ਜਿਹੜਾ ਸ਼ੁਰੂ ਕਰਤਾ ਅੱਜ ਕੰਮ ਮੁਕੰਮਲ ਹੋ ਗਿਆ ਆਪਣਾ ਜ਼ਬਰਦਸਤ ਹੋ ਗਿਆ ਹਾਂ ਮੈਂ ਵੀ ਸਿਰਫ ਨਾ ਚੱਕਾ ਲਾਣਾ ਸਿਰਫ ਭਾਈ ਹੋਰਾਂ ਦਾ ਪਤਾ ਕਰਨ ਉਹਨਾਂ ਕਿ ਵਿਲੇ ਹੋਰ ਕਰੇ ਨਹੀਂ ਸਵੇਰ ਨੇ ਵਿਲੇ ਹੋ ਜਾਣਾ ਸਫੈਦੀ ਕਰ ਦੇਵਗਾ ਤੈਨੂੰ ਸਾਰੀ ਸਿਰਫ ਇਬਰਾਰ ਦੀ ਸਫੈਦੀ ਕਰਨੀ ਸੀਮੈਂਟ ਹੀ ਲਾਣਾ ਅੰਦਰੋਂ ਸਾਰਾ ਅੰਦੇ ਕਮਰਿਆਂ ਦੇ ਗਿੱਲੂ ਰਲਾ ਲਵੀ ਸੀਮੈਂਟ ਚ ਅਸਾਂ ਪਹਿਲੇ ਲਾਇਆ ਹੀ ਬੁਰਨ ਹੋ ਗਏ ਉਸ ਤੋਂ ਬਾਅਦ ਆ ਗਿੱਲੂ ਲਾਇਆ ਸਹੀ ਹੋ ਗਿਆ ਹਾਂ ਔਰ ਸਾਰੇ ਕਿਚਨ ਦੀ ਸਾਫ ਸਫਾਈ ਹੋ ਗਈ ਆ ਮੁਕੰਮਲ ਨਹੀਂ ਗਿੱਲੂ ਦਾ ਨਾ ਕੋਈ ਨਹੀਂ ਮਹਿੰਗਾ 150 ਦਾ ਪੈਕਟ ਦਿੰਦਾ ਹਾਂ ਹਾਂ ਹੁਣ ਇਵੇਂ ਸਮਝ ਲਓ ਪਹਿਲੇ ਰਲਿਆ ਹੁੰਦਾ ਸਾਨੂੰ ਇੱਕ ਦਿਹਾੜੀ ਐਕਸਟਰਾ ਨਹੀਂ ਲੱਗਦੀ ਆਈ 1700 ਰੁਪਈਆ ਠੋਕੇ ਨੇ ਕੀ ਦਾ ਬਿੱਲ ਬਣਵਾਇਆ ਕੀ ਸ਼ਾਦਾ 5 ਕਿਲੋ 5 ਕਿਲੋ ਨਹੀਂ ਤੂੰ ਦੂਆ ਚੰਗਾ ਨਾ ਲਾਓ ਨਾਰਮਲ ਲਾਓ ਜਿਹੜਾ ਸਾ ਲਿਆ ਸੋਫਿਆਂ ਦੇ ਕਵਰ ਉੱਪਰ ਲਾ ਰਹੇ ਹਨ ਤਾਂ ਕਿ ਜਿਹੜਾ ਹੁਣ ਓਲੀ ਸਾਈਡ ਨੂੰ ਸਾਰੀ ਸਾਫ਼ ਸਫਾਈ ਕਰਕੇ ਨਾ ਤੇ ਬੈਡਸ਼ੀਟ ਜਿਹੜੀ ਉਹ ਵੀ ਕੱਢ ਲਈਏ ਆਪਣਾ ਬੈਡਸ਼ੀਟ ਵੀ ਛਾ ਲਈਏ ਤੋਲਾ ਕਮਰਾ ਸਾਫ਼ ਸੁਥਰਾ ਕਰ ਦੇ ਠੀਕ ਹੋ ਗਿਆ ਤਾਂ ਅੱਗੇ ਜਿਹੜਾ ਕਮਰਾ ਬੰਦ ਕਰ ਦਿੰਦੇ ਹਾਂ ਠੀਕ ਹੈ ਨਾ ਹਾਂ ਤੇ ਪਰਲੇ ਕਮਰੇ ਜਿਹੜੀ ਨਰੈਸ਼ ਹੋਵੇਗੀ ਠੀਕ ਹੈ ਹਾਂ ਕਰਨੀ ਤੋਲੇ ਕਮਰੇ 'ਚ ਰਹਿਸ਼ ਹੈ ਪਰਲਾ ਜਿਹੜਾ ਬਣਾਉਣਾ ਮਹਿਮਾਨਾਂ ਵਾਸਤੇ ਲੇਕਿਨ ਹੁਣ ਇਹ ਸੋਚਿਆ ਵੀ ਹਾਲੇ ਤੱਕ ਜਿਹੜਾ ਕੋਈ ਮਹੀਨਾ ਕੁ ਰੋਕ ਕੇ ਨਾ 10-15 ਦਿਨ ਜਿਸ ਟਾਈਮ ਜਿਹੜਾ ਮੈਂ ਸ਼ੀਟ ਵਗੈਰਾ ਆ ਗਈ ਨਾ ਸ਼ੀਟ ਉਸ ਕਮਰੇ 'ਚ ਜਿਹੜਾ ਲਾ ਕੇ ਉਸ ਤੋਂ ਬਾਅਦ ਜਿਹੜਾ ਪਰਲਾ ਮਹਿਮਾਨਾਂ ਵਾਲਾ ਕਮਰਾ ਬਣਾ ਲੈਣਾ ਐਤ ਜਿਹੜਾ ਸਿਰਫ ਸ਼ਾਦੀ 'ਤੇ ਜਿਹੜੇ ਮਹਿਮਾਨ ਆਉਣੇ ਨਾ ਉਹਨਾਂ ਵਾਸਤੇ ਵਾਲਾ ਕਮਰਾ ਜਿਹੜਾ ਤਿਆਰ ਕਰ ਰਿਹਾ ਅਤੇ ਉੱਧਰ ਜਿਹੜਾ ਸ਼ੀਟ ਪਾ ਕੇ ਨਾ ਅਤੇ ਫਿਰ ਜਿਹੜਾ ਬਣਾਉਣਾ ਪੱਕਾ ਪੱਕਾ ਜਿਹੜਾ ਪਰਲਾ ਗੈਸਟ ਰੂਮ ਜਿਹੜਾ ਬਣ ਜਾਵੇਗਾ ਉਹਦੇ ਸਾਈਡ ਵਾਲ ਨੁੱਕਰ ਵਾਲਾ ਹੀ ਬਣ ਜਾਵੇਗਾ ਸਹੀ ਹੈ ਨਾ ਹੁਣ ਤਾਂ ਜਿਹੜਾ ਮੈਂ ਕਿਹਾ 2-3 ਦਿਨਾਂ ਤੱਕ ਮਹਿਮਾਨ ਆਉਣੇ ਨਾ ਮੈਂ ਕਿਹਾ ਉਹਲੇ ਕਮਰੇ ਨੂੰ ਜਿਹੜਾ ਇੱਥੇ ਜਿਹੜਾ ਵਿਛਾ ਦਿੰਦੇ ਹਾਂ ਹਾਂ ਅਤੇ ਉਸ ਤੋਂ ਬਾਅਦ ਉਹ ਪਰਲੇ ਕਮਰੇ 'ਚ ਓਲੇ ਦੇ ਨਾਲ ਦੀ ਜਿਹੜੀ ਨਵੀਂ ਸ਼ੀਟ ਲਿਆ ਕੇ ਨਾ ਫਰਜ਼ 'ਚ ਸ਼ੀਟ ਲਾ ਕੇ ਅਤੇ ਐ ਤਾਂ ਉਹ ਇੰਝ ਖੂਬਸੂਰਤ ਬੜੀ ਲੱਗਦੀ ਜਿਵੇਂ ਕਿ ਟਾਇਲ ਲੱਗੀ ਹੋਈ ਆ ਹਾਂ ਟਾਇਲ ਲੱਗੀ ਹੋਈ ਨਹੀਂ ਇਹ ਮੋੜ ਵੀ ਜਿਵੇਂ 6-7 ਹਜ਼ਾਰ ਦੀ ਆ ਜਾਂਦੀ 'ਚ ਹੁਣ ਪੱਥਰ ਵਾਲਾ ਕੰਮ ਮਹਿੰਗਾ ਪੈਂਦਾ ਉਹ ਸਿਰੇ ਪੱਥਰ ਗਿਣਨਾ ਹੈਗਾ ਉਹਦੀ ਮਜ਼ਦੂਰੀ ਲਵਾਈ ਸਾਰੀ ਪਾਈ ਕਰ 50-60 ਹਜ਼ਾਰ ਲੈ ਵਗ ਜਾਂਦਾ ਚੱਲ ਵੇਖਾਂਗੇ ਘਰ ਤੇ ਮੇਰੀ ਦਿਲ ਹੈ ਕੋਲੇ ਕਮਰੇ ਵਾਂਗ ਹੁਣ 2 ਸਾਲ ਜਿਹੜਾ ਤੱਕ ਗਿਆ ਸ਼ੀਟ ਵਗੈਰਾ ਜਿਹੜਾ ਲੱਗ ਗਈ ਨਾ ਤੇ ਪਰਲੇ ਕਮਰੇ ਦੇ ਵਿੱਚ ਜਿਹੜਾ ਫਿਰ ਬੈਡ ਵੀ ਰੱਖ ਲੈਣਾ ਸੋਫੇ ਹੀ ਰੱਖ ਲੈਣਾ ਔਰ ਮੈਂ ਵੀ ਐਦਲੀ ਸਾਈਡ ਨੂੰ ਜਿਹੜਾ ਕਰ ਰਿਹਾ ਮੈਂ ਕਿ ਪਹਿਲੇ ਪਹਿਲੇ ਜਿਹੜਾ ਹੋ ਜਾਵਾਂਗੇ ਨਿਬਰਾਰ ਵੀ ਉਸ ਨੂੰ ਕਰ ਲੈਂਦੇ ਨੇ ਫਿਰ ਚੱਲ ਕੇ ਜਿਹੜਾ ਛੇਤੀ ਨਾਲ ਇਹ ਦਰਵਾਜ਼ੇ ਕਰ ਲੈਂਦਾ ਤਾਂ ਮੈਂ ਉਪਰਲੇ ਕੋਟ ਜਿਹੜਾ ਇਹ ਲਾ ਦੇਵਾਂਗਾ ਸਹੀ ਹੁੰਦਾ ਹੁੰਦਾ ਉਹਦੇ ਦੀਵਾਰ ਕੱਟਿਆ ਨਾ ਥੋੜਾ ਜਿਹਾ ਅੰਦਰਲੀ ਗੱਲ ਦੀਵਾਰ ਕੱਟ ਅੱਤੀ ਬਾਲਟੀ ਰੱਖਿਆ ਨਾ ਕਿਉਂ ਚਲੋ ਕਿਚਨ ਮੁਕੰਮਲ ਕਰਕੇ ਨਾ ਫਿਰ ਕੱਚਿਆ ਤੋਂ ਫਿਰ ਕਮਰੇ ਲਾਲ ਮੰਗਾਇਆ ਤੋਂ ਪਹਿਲੇ ਜਿਹੜਾ ਰੋਈਆਂ ਬਣਿਆ ਜਾਂਦਾ ਉਹ ਗਰਮੀਆਂ ਦੀ ਸਹੀ ਹੋਣਾ ਔਰ ਮਹਿਮਾਨ ਆ ਗਏ ਨਹੀਂ ਤਾਂ ਹੁਣ ਦੀ ਕਰ ਜਾਂਦਾ ਸੀ ਉਹਦੇ ਕਮਰੇ ਦੀ ਜਿਹੜਾ ਸੈਟਿੰਗ ਵਗੈਰਾ ਜਿਹੜਾ ਕਰਨੀ ਆ
ਹਾਂਜੀ ਤੇ ਮਹਿਮਾਨ ਚਲੇ ਗਏ ਔਰ ਕਿਚਨ ਦਾ ਕਲਰ ਵੀ ਮੁਕੰਮਲ ਹੋ ਗਿਆ ਔਰ ਦੂਸਰਾ ਪੇਂਟ ਜਿਹੜਾ ਭਾਈ ਬਰਾਦ ਨੇ ਇਹ ਬਣਾਇਆ ਨਾ, ਦਰਵਾਜ਼ੇ ਵੀ ਕਲਰ ਕਰ ਲੈਂਦਾ ਔਰ ਮੈਂ ਕਿਚਨ ਨੂੰ ਕਲਰ ਕਰ ਲੈਂਦਾ ਔਰ ਬੇਗਮ ਜਿਹੜਾ ਇਧਰੋਂ ਸਾਫ਼ ਸਫਾਈ ਜਿਹੜਾ ਕਮਰੇ ਦੀ ਕਰ ਲਈ ਆ ਸਾਰੀ ਮੁਕੰਮਲ ਔਰ ਹੁਣ ਜਿਹੜਾ ਉੱਪਰੋਂ ਗਿੱਲਾ ਕੱਪੜਾ ਜਿਹੜਾ ਲਾ ਰਹੇ ਨੇ ਤਾਂ ਕਿ ਜਿਹੜਾ ਜਿਤਨਾ ਕਿ ਮਿੱਟੀ ਗੱਟਾ ਹੋ ਗਿਆ ਜਾਂ ਕਲਰ ਵਗੈਰਾ ਥੋੜ੍ਹਾ ਬਹੁਤ ਆਉਂਦਾ ਸੀ ਨਾ ਇਹ ਉੱਪਰ ਜਿਹੜਾ ਇਹ ਜਿਹੜਾ ਲੱਗੇ ਸੀ ਛਿੱਟੇ ਜੇ ਉਹ ਸਾਰੇ ਸਾਫ਼ ਹੋ ਗਏ। ਆਪਾਂ ਸੋਫੇ ਰੱਖੀਏ ਤੇ ਬੈਡ ਸ਼ੀਟ ਪਾ ਰਹੀ ਔਰ ਦਰਵਾਜ਼ਾ ਬੰਦ ਕਰ ਦੀ, ਠੀਕ ਹੈ ਨਾ? ਹਾਂ ਇਹ ਸਾਫ਼ ਸੁਥਰਾ ਐਵੇਂ ਕਮਰਾ ਰੱਖਣਾ ਹੈ, ਨਹੀਂ ਪੰਖਾ ਨਹੀਂ ਕਰਨਾ ਸਾਫ਼। ਪਰਲੇ ਕਮਰੇ ਦਾ ਕੱਲ ਕੀਤਾ ਇਹਦਾ ਕੋਈ ਨਹੀਂ ਕੀਤਾ ਹਾਲੇ ਤੀਕਰ ਔਰ ਗੱਲੇ ਵੀ ਜਿਹੜਾ ਦੋਵਾਂ ਸਾਈਡਾਂ ਤੇ ਆਪਾਂ ਲਿਆਖ ਰੱਖੀ ਜੀ ਹੋ ਜਾਈ ਐਂ ਟੁੱਟੇ ਹੋਣ ਜਿਵੇਂ ਹੀ ਹੈਣਾ, ਕਿਉਂਕਿ ਪਹਿਲੇ ਅਸੀਂ ਜਿੰਨਾ ਇਹਨੇ ਰੱਖਦੇ ਕਿਉਂਕਿ ਜਦੋਂ ਬਾਹਰ ਸਮੋਸੇ ਪਕੌੜੇ ਲਾਉਂਦੇ ਰਹੇ ਸੀ ਉਹਦੇ ਉੱਪਰ ਜਿਹੜੇ ਰੱਖੇ ਹੋਏ ਸੀ ਤੇ ਇਸ ਕਰਕੇ ਕੋਈ ਨੁਕਰਾਂ ਵਗੈਰਾ ਜਿਹੜਾ ਡੈਮੇਜ ਹੋਈ ਹੋਈ ਹੈ, ਲੇਕਿਨ ਐਵੇਂ ਨਾਲ ਰੱਖ ਦਿੰਦੇ ਹਨ ਕਿਉਂਕਿ ਬੈਡ ਨਾਲ ਜਿਹੜਾ ਕਾਫੀ ਜ਼ਿਆਦਾ ਖੂਬਸੂਰਤ ਲੱਗਦੇ ਨੇ ਔਰ ਸਾਫ਼ ਸਫਾਈ ਹੋ ਗਈ ਆ ਸਾਰੀ ਹੁਣ ਮੁਕੰਮਲ ਔਰ ਗੱਲੇ ਵੀ ਦੋਵੇਂ ਜਿਹੜੇ ਚੱਕ ਕੇ ਲੈ ਕੇ ਆ ਗਿਆ, ਇੱਕ ਉਹਲੀ ਸਾਈਡ ਤੇ ਰੱਖਣੇ ਆ ਇੱਕ ਪਰਲੀ ਸਾਈਡ ਤੇ, ਗੱਲਾਂ ਜਿਹੜੇ ਨਾਲ ਰੱਖ ਲੈਂਦੇ ਔਰ ਬੈਡ ਸ਼ੀਟ ਜਿਹੜੇ ਨੂੰ ਪਾ ਲਈਏ। ਸੋਫੇ ਜਿਹੜੇ ਨਾਲ ਵੱਡਾ ਸੋਫਾ ਜਿਹੜਾ ਮੈਂ ਕਹਿ ਰਿਹਾ ਕਿ ਇੱਥੇ ਜਿਹੜੇ ਨਾਲ ਇੰਝ ਕਰਕੇ ਲੰਮੇ ਰੁੱਖ ਜਿਹੜੇ ਨਾਲ ਵੱਡਾ ਸੋਫਾ ਰੱਖ ਲੈਂਦੇ ਆ, ਬਾਕੀ ਛੋਟਾ ਜਿਹੜਾ ਇੱਥੇ ਸਾਹਮਣੇ ਰੱਖ ਲਵਾਂਗੇ। ਇੱਕ ਸੋਫਾ ਤੇ ਜਿਹੜਾ ਪਿਓ ਆ ਦੁਕਾਨ ਵਿੱਚ, ਕਿਉਂਕਿ ਦੁਕਾਨ ਦੇ ਤੁਸੀਂ ਜਿਹੜੇ ਨਾਲ ਕੋਈ ਚੌਦੇ ਜਿਹੜੇ ਨਾਲ ਸੋਫਾ ਇੱਕ ਜਿਹੜਾ ਚਾਹ ਕੇ ਰੱਖਿਆ ਹੋਇਆ ਉੱਧਰ ਹੀ ਪਿਆ, ਤੇ ਇੱਕ ਵੱਡਾ ਸੋਫਾ ਤੇ ਕਿ ਛੋਟਾ ਸੋਫਾ ਇੱਥੇ ਜਿਹੜਾ ਚੱਕ ਕੇ ਜਿਹੜਾ ਰੱਖ ਲਈਏ। ਉਹ ਬਰਾਰ ਬਾਈ ਜਿਹੜੇ ਨਾਲ ਪਹਿਲੇ ਜਿਹੜੇ ਨਾਲ ਅਗਲੀ ਚੁਕਾਟ ਜਿਹੜੇ ਨਾਲ ਕਲਰ ਕੀਤੀ ਆ ਦਰਵਾਜ਼ਾ ਜਿਹੜੇ ਨਾਲ ਇੱਥੇ ਕਰਾਉਣ ਵਾਲਾ। ਕੱਲ ਸ਼ਾਮ ਨੂੰ ਅਗਲਾ ਦਰਵਾਜ਼ਾ ਤਾਂ ਮੈਂ ਕਰ ਲਿਆ, ਹੁਣ ਮੈਂ ਵੀ ਆ ਕਮਰੇ ਦੀ ਸੈਟਿੰਗ ਵਗੈਰਾ ਕਰਕੇ ਨਾ ਤੇ ਬੈਕ ਸਾਈਡ ਤੋਂ ਦਰਵਾਜ਼ਾ ਕਰਨ ਨਾਲ ਉਹ ਕਰ ਲੈਂਦੇ ਹਾਂ ਔਰ ਤਕਰੀਬਨ 7 ਦਾ ਟਾਈਮ ਹੋ ਜਾਣਾ, ਟਾਈਮ ਹੋ ਗਿਆ ਤਕਰੀਬਨ ਜਿਹੜਾ ਨਾ 5:30 ਦਾ ਟਾਈਮ ਹੋ ਗਿਆ, ਘੰਟਾ ਡੇਢ ਹੋਰ ਲੱਗਣਾ ਸ਼ਟਰ ਤੇ, ਸ਼ਟਰ ਤੇ ਸਿੱਧਾ ਘੰਟਾ ਹੀ ਲੱਗੇਗਾ। ਦਰਵਾਜ਼ੇ ਦਾ ਹੀ ਹੈ ਛੇਤੀ ਮੁੱਕਦਾ, ਬਾਰੀਆਂ ਦਾ ਕੰਮ ਜਿਹੜਾ ਇਹ ਜ਼ਿਆਦਾ ਇਹਨਾਂ ਬਾਰੀਆਂ ਦਾ ਕੰਮ ਜਿਹੜਾ ਜ਼ਿਆਦਾ, ਬਾਕੀ ਤੇ ਜਿਹੜਾ ਕੰਮ ਇੰਨਾ ਜ਼ਿਆਦਾ ਜਿਹੜਾ ਕੋਈ ਨਹੀਂ ਆ, ਬਸ ਵਿੰਡੋ ਦਾ ਹੀ ਹੈ ਕਿਉਂਕਿ ਬੜੇ ਇਤਿਹਾਸ ਲੱਗੇ ਇਹਨਾਂ ਕਲਰ ਵਗੈਰਾ ਜਿਹੜਾ ਕਰਨਾ ਪੈਂਦਾ। ਔਰ ਬੈਡ ਸ਼ੀਟ ਜਿਹੜਾ ਲੈ ਕੇ ਆ ਗਏ, ਬੈਡ ਸ਼ੀਟ ਜਿਹੜਾ ਪਹਿਲੇ ਵਿਛਾ ਲਈਏ ਔਰ ਇਸ ਬੈਡ ਸ਼ੀਟ ਨੂੰ ਬਹੁਤ ਸਾਲ ਹੋ ਗਏ ਸੰਭਾਲ ਕੇ ਰੱਖੀ, ਕੰਬਲ ਇਹਦੇ ਨਾਲ ਦੇ ਜਿਹੜਾ ਮੈਲਾ ਹੋ ਗਿਆ ਜਿਹੜਾ ਅਸੀਂ ਧੋਤਾ ਸੀ ਅਗਲੇ ਦਿਨ, ਕੰਬਲ ਮੈਲਾ ਹੋ ਗਿਆ, ਲੇਕਿਨ ਬੈਡ ਸ਼ੀਟ ਅਸੀਂ ਜਿਹੜਾ ਸੰਭਾਲ ਕੇ ਰੱਖੀ ਹੋਈ ਆ ਔਰ ਸਿਆਣੇ ਦੇ ਕਵਰ ਜਿਹੜਾ ਇਹ ਸਭ ਤੋਂ ਪਹਿਲੇ ਜਿਹੜਾ ਬਚਾਅ ਨੂੰ ਜੀ
ਤਾਂ ਲੱਗੀ ਹੈ ਇਧਰ ਹੋ ਜਾ। ਮੈਂ ਇੱਕ ਵਾਰੀ ਵਿਸ਼ਾਲ ਮੰਦਿਰ ਬਹਿ ਗਿਆ ਠੀਕ ਹੈ ਨਾ, ਔਰ ਗੱਲੇ ਚੇਟ ਰਹਿ ਗਏ ਨੇ ਫਿਰ ਉੱਪਰਲੀ ਸਾਈਡ ਤੇ ਜਿੰਨੇ ਨੁਮਾ ਨਾ ਰੱਖ ਕੇ ਸਭ ਤੋਂ ਪਹਿਲੇ ਰੱਖ ਲਈਆਂ। ਨਕਲੀ ਜਿਹੜਾ ਫੁੱਲ ਹੁੰਦੇ ਨਾ
ਹਾਂਜੀ ਤੇ ਕਮਰਾ ਮਾਸ਼ਾਅੱਲਾ ਸਾਡਾ ਮੁਕੰਮਲ ਤਿਆਰ ਹੋ ਗਿਆ ਔਰ ਬੱਚੇ ਕਿੰਨਾ ਜ਼ਿਆਦਾ ਖੁਸ਼ ਹੋ ਰਹੇ ਨੇ ਬਹੁਤ ਹੀ ਜ਼ਿਆਦਾ ਜਿਵੇਂ ਖੁਸ਼ ਹੋ ਰਹੇ ਨੇ ਔਰ ਹੁਣ ਸਾਰੇ ਬਹਿਣ ਵੀ ਦੱਸਣਾ ਕਮੈਂਟ ਕਰਕੇ ਕਮਰੇ ਜੀ ਨਾਲ ਸੈਟਿੰਗ ਕੈਸੀ ਹੋਈ ਆ ਔਰ ਪਰਦੇ ਰਹਿ ਗਏ ਨੇ ਸਾਡੇ ਲਾਣ ਵਾਲੇ ਸਿਰਫ ਪਰਦੇ ਜਿਹੜੇ ਨਾ ਆਏ ਪਏ ਤੁਸੀਂ ਪਹਿਲਾਂ ਜਿਹੜੇ ਨੇ ਦੇਖੇ ਹੋਏ ਨੇ ਇਹ ਲੈ ਪਰਦੇ ਜਿਹੜੇ ਨਾ ਆਏ ਪਏ ਲੇਕਿਨ ਅਸੀਂ ਇਹਨਾਂ ਨੂੰ ਹੁਣ ਲਾਣਾ ਕੋਈ ਨਹੀਂ ਹੋਇਆ ਇਸ ਕਰਕੇ ਕਿਉਂਕਿ ਇਬਰਾਰ ਬਾਈ ਨੇ ਮੈਂ ਕਿਹਾ ਸਵੇਰੇ ਫਸਟ ਟਾਈਮ ਦਰਵਾਜ਼ੇ ਵਗੈਰਾ ਜੇ ਇਹਨਾਂ ਕਲਰ ਕਰ ਲਵਾਂਗੇ ਮੈਂ ਕਿਹਾ ਰਾਤ ਨੂੰ ਜੇ ਇਹਨਾਂ ਇੱਕ ਤਾਂ ਬਾਹਰ ਨਮੀ ਵਗੈਰਾ ਕਾਫੀ ਸਾਰੀ ਆਉਣੀ ਹੈ ਇੱਕ ਲੇਟ ਹੋਈ ਖੜੀ ਆ ਤੇ ਇਸ ਕਰਕੇ ਪਰਦੇ ਹੁਣ ਨਹੀਂ ਲਾ ਰਹੇ ਲਾਣ ਤੇ ਤਾਂ ਨਾਲ ਹੀ ਪਈ ਆ 5 ਮਿੰਟ ਹੀ ਨਹੀਂ ਲੱਗਣੇ ਲੇਕਿਨ ਉਹ ਇਹਨਾਂ ਕਿ ਕਲਰ ਦੇ ਨਾਲ ਖਰਾਬ ਹੋਣਗੇ ਗਿੱਲਾ ਗਿੱਲਾ ਕਲਰ ਹੋਣਾ ਨਾ ਫਿਰ ਪਰਦੇ ਦਰਵਾਜ਼ੇ ਹਾਂ ਬਹੁਤ ਹੀ ਜ਼ਿਆਦਾ ਜੇ ਇਹਨਾਂ ਖੂਬਸੂਰਤ ਲੱਗਣਗੇ ਹਾਂ ਉਹ ਕਲਰ ਸਵੇਰੇ ਹੋ ਜਾਵੇਗਾ ਨਾ ਤਾਂ ਕੱਲ ਸ਼ਾਮ ਨੂੰ ਅਸੀਂ ਜਿਹੜਾ ਇਹ ਵਾਲੇ ਪਰਦੇ ਜਿਹੜਾ ਸਾਰੇ ਮੁਕੰਮਲ ਜਿਹੜਾ ਲਾ ਲੈਣੇ ਠੀਕ ਹੈ ਨਾ ਹੁਣ ਲਾ ਵੀ ਜਿਵੇਂ ਕਿ ਮੇਰਾ ਜਿਹੜਾ ਦਰਵਾਜ਼ੇ ਨਾਲ ਵਾਲੇ ਕੱਪੜੇ ਵੀ ਖਰਾਬ ਹੋ ਗਏ ਨਾ ਸੋਫਾ ਜਿਸ ਟਾਈਮ ਰੱਖਣ ਲੱਗਿਆ ਸੀ ਕਿ ਪਤਾ ਨਹੀਂ ਕਿਸ ਟਾਈਮ ਆ ਮੋੜ ਦੇਖੇ ਨਾਲ ਕਲਰ ਜਿਹੜਾ ਲੱਗਿਆ ਬੰਦਾ ਤੇ ਇੱਧਰ ਬਾਰੀ ਦੀ ਅੰਦਰਲੀ ਸਾਈਡ ਤੋਂ ਜਿਹੜਾ ਇੱਥੇ ਇੱਥੇ ਨਾਲ ਨਾਲ ਕਲਰ ਅਸੀਂ ਲਾਣਾ ਨਾ ਇਸ ਥਾਂ ਤੇ ਨਾਲ ਨਾਲ ਹੀ ਕਲਰ ਲਾਣਾ ਤੇ ਇੱਧਰ ਜਿਹੜਾ ਚਲੋ ਲਾਣ ਲੱਗਿਆ ਤਾਂ ਨਾ ਹੀ ਕਰਾਂਗੇ ਤਾਂ ਫਿਰ ਕਿਸੇ ਟਾਈਮ ਜੇ ਪਰਦਾ ਹਟ ਗਿਆ ਤਾਂ ਨਾਲ ਲੱਗਿਆ ਸਾਰਾ ਜਿਹੜਾ ਕਲਰ ਖਰਾਬ ਹੋ ਜਾਣਾ ਹਾਂ ਅੱਛਾ ਮੈਂ ਸੋਚ ਰਿਹਾ ਕਿ ਕੰਮ ਜਿਹੜਾ ਨਾ ਕੁਝ ਖਤਮ ਨਾ ਕਰ ਲਈ ਵੀ ਅੰਦਰਲੀ ਸਾਈਡ ਤੋਂ ਦਰਵਾਜ਼ੇ ਜਿਹੜਾ ਨਾ ਕਲਰ ਕਰ ਲਈ ਉਹਨੂੰ ਨਵੀਂ ਦਾ ਕੋਈ ਨਹੀਂ ਮਸਲਾ ਆਉਣਾ ਵੀ ਸਵੇਰੇ ਫਰੰਟ ਫਰੰਟ ਤੋਂ ਜਿਹੜਾ ਨਾ ਆਣ ਕੇ ਬਾਈ ਬਰਾਰ ਕਰ ਲਵੇਗਾ ਸਹੀ ਨਹੀਂ ਹਾਂ ਨਾ ਇਹ ਵਿੰਡੋ ਵਗੈਰਾ ਆਪਣੇ ਕੋਈ ਨਹੀਂ ਹੋਣੀ ਸਾਰਾ ਖਰਾਬ ਹੋਵੇਗਾ ਹਾਂ ਬਾਕੀ ਕਮਰਾ ਬਹੁਤ ਜ਼ਿਆਦਾ ਖੂਬਸੂਰਤ ਹੋ ਗਿਆ ਮਾਸ਼ਾਅੱਲਾ ਕਿਉਂਕਿ ਸਮਾਨ ਵਗੈਰਾ ਜਿਹੜਾ ਖੁੱਲਾ ਖੁੱਲਾ ਸਾਫ਼ ਸਾਫ਼ ਮਾਹੌਲ ਜਿਹੜਾ ਬਣ ਗਿਆ ਹਾਂਜੀ ਤੇ ਐਦਲੀ ਸਾਈਡ ਜਿਹੜਾ ਮੈਂ ਕਲਰ ਲੈਣਾ ਇਹ ਵੀ ਸੁਬਹ ਹੀ ਜਿਹੜਾ ਲਾਵਾਂਗਾ ਮੈਂ ਫਸਟ ਟਾਈਮ ਕਿ ਇਹਨੂੰ ਜਿਹੜਾ ਦਿਲ ਕਰਦਾ ਵੀ ਇਹਨੂੰ ਕਿਚਨ ਨੂੰ ਜਿਹੜਾ ਹੁਣ ਲਾ ਦੇਈਏ ਚਲੋ ਵੇਖਾਂਗੇ ਨਾ ਜਿਤਨਾ ਕੰਮ ਹੋਇਆ ਜਿਵੇਂ ਉਰੋਂ ਉਪਲੀ ਸਾਈਡ ਜਿਹੜਾ ਥੋੜ੍ਹਾ ਜਿਹਾ ਰਹਿ ਗਿਆ ਕਲਰ ਲਾਉਣ ਵਾਲਾ ਕਿਉਂ ਕਲਰ ਹੀ ਜਿਹੜਾ ਖਤਮ ਹੋ ਗਿਆ ਸੀਮੈਂਟ ਦਾ ਤੋੜਾ ਜਿਹੜਾ ਸਾਰਾ ਹੀ ਖਾਲੀ ਹੋ ਗਿਆ ਘਰ ਪੂਰੇ 'ਤੇ ਜਿਹੜਾ ਲਾ ਗਿਆ ਡਬਲ ਡਬਲ ਲੱਗਿਆ ਨਾ ਇਸ ਕਰਕੇ ਔਰ ਮੈਂ ਵੀ ਇਹ ਵਾਲਾ ਦਰਵਾਜ਼ਾ ਜਿਹੜਾ ਬੈਕ ਸਾਈਡ ਤੋਂ ਜਿਹੜਾ ਕਰ ਲੈਂਦਾ ਹੁਣ ਕਲਰ ਕਿਉਂਕਿ ਫਰੰਟ ਸਾਈਡ ਤੋਂ ਕੱਲ੍ਹ ਮੈਂ ਕਰ ਲਿਆ ਸੀ ਨਾ ਸ਼ਾਮ ਟਾਈਮ ਜਿਵੇਂ ਤੁਸੀਂ ਦੇਖਿਆ ਸੀ ਵੀ ਲਾ ਗਏ ਔਰ ਬੈਕ ਸਾਈਡ ਨੂੰ ਕਲਰ ਕਰਨ ਵਾਲਾ ਰਹਿੰਦਾ ਇਹ ਵਾਲਾ ਜਿਹੜਾ ਹੁਣ ਕਰ ਲੈਂਦਾ ਔਰ ਉਹਦਾ ਕਮਰਾ ਜਿਹੜਾ ਉਹ ਵੀ ਬੈਕ ਸਾਈਡ ਤੋਂ ਜਿਹੜਾ ਕਲਰ ਕਰ ਲੈਂਦੇ ਹਾਂ ਕਿਉਂਕਿ ਅਸੀਂ ਸੋਚਿਆ ਸੀ ਅੱਜ ਕੰਮ ਖਤਮ ਹੋ ਜਾਣਾ ਲੇਕਿਨ ਦਰਵਾਜ਼ਿਆਂ ਵਾਲਾ ਰਹਿ ਗਿਆ ਕੰਮ ਅਸਲ 'ਚ ਜਿਹੜਾ ਦੁਬਾਰਾ ਜਿਹੜਾ ਤੋੜ ਤਿੱਕਰ ਜਿਹੜਾ ਸਾਰਾ ਸੇਨ ਕਰਨਾ ਪਿਆ ਨਾ ਇਸ ਵਜ੍ਹਾ ਤੋਂ ਜਿਹੜਾ ਲੇਟ ਹੋ ਗਈ ਆ ਲੇਕਿਨ ਦਿਨ ਵੀ ਛੋਟੇ ਨੇ ਇਸ ਵਜ੍ਹਾ ਤੋਂ ਕਿਉਂਕਿ ਪਹਿਲੇ ਜਿਹੜਾ 7 ਵਜੇ ਤਿੱਕਰ ਜਿਹੜਾ ਕੰਮ ਕਰੀਦਾ 5 ਵਜੇ ਦਿਨ ਲੈ ਜਾਂਦਾ ਇਸ ਕਰਕੇ ਜਿਹੜਾ ਲੇਟ ਹੋ ਜਾਂਦੀ ਕਿਉਂਕਿ ਉਸ ਟਾਈਮ ਗਰਮੀ ਹੈ ਤਾਂ ਰਾਤ ਦੇ 8-9 ਵਜੇ ਤਿੱਕਰ ਹੀ ਕੰਮ ਕਰਦੇ ਰੁਕਣ ਦੀ ਪਰੇਸ਼ਾਨੀ ਹੁੰਦੀ ਇਸ ਟਾਈਮ ਠੰਡ ਹੀ ਹੋ ਜਾਂਦੀ ਹੈ ਲੇਕਿਨ ਮੈਂ ਆਪ ਹੀ ਆਖਿਆ ਮੈਂ ਆਖਿਆ ਸਵੇਰੇ ਜਿਹੜਾ ਹੁਣ ਕੰਮ ਕਰ ਲਵਾਂਗੇ ਜਿੰਨਾ ਕਰਿਆ ਕਿ ਬਸ ਇਹ 2 ਘੰਟੇ ਦਾ ਸਵੇਰੇ ਜਿਹੜਾ ਕੰਮ ਹੋਣਾ ਘੰਟਾ ਕਹਿੰਦਾ ਦਰਵਾਜ਼ੇ ਤਾਂ ਲੱਗੇਗਾ ਘੰਟਾ ਦਾ ਹੀ ਸ਼ਟਰ ਤਾਂ ਲੱਗੇਗਾ ਜ਼ਿਆਦਾ ਟਾਈਮ ਜਿਹੜਾ ਕੋਈ ਨਹੀਂ ਆਉਣਾ ਮੈਂ ਕਿਹਾ ਸਵੇਰੇ ਫਸਟ ਟਾਈਮ ਜਿਹੜਾ ਕੰਮ ਹੋਣ ਲੱਗੇ ਰਹਿੰਦੇ 2 ਘੰਟੇ ਲੱਗਣੇ ਸੀ ਅਤੇ ਲੇਕਿਨ ਸਹੀ ਤਰੀਕੇ ਨਾਲ ਜਿਹੜਾ ਆਉਣਾ ਹੀ ਕੋਈ ਨਹੀਂ ਸੀ ਕਿਉਂਕਿ ਨੁੱਕਰਾਂ ਵਗੈਰਾ ਜਿਹੜੀਆਂ ਬਣਾਉਣੀਆਂ ਨਾ ਇਹ ਕਾਫੀ ਮੁਸ਼ਕਿਲ ਨਾਲ ਜਿਹੜੀਆਂ ਬਣਦੀਆਂ ਨੇ ਕਿਉਂਕਿ ਅੰਦਾਜ਼ੇ ਤੌਰ ਜਿਹੜੀਆਂ ਬਣਾਉਣੀਆਂ ਹੁੰਦੀਆਂ ਅਤੇ ਫਿਰ ਸਹੀ ਨਹੀਂ ਬਣਦੀਆਂ ਅਤੇ ਇਨਸ਼ਾਅੱਲਾ ਆਪਣਾ ਢੇਰ ਸਾਰਾ ਖਿਆਲ ਰੱਖਿਆ ਜੇ ਦੁਆਵਾਂ 'ਚ ਯਾਦ ਰੱਖਿਆ ਜੇ ਔਰ ਕਮਰੇ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ ਇਹਨਾਂ ਦੁਆਵਾਂ ਨਾਲ ਤੇ ਇਜਾਜ਼ਤ ਅੱਲਾ ਹਾਫਿਜ਼।